ਜੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਇੱਕ ਵਾਰੀ ਫਿਰ ਜਿਹੜਾ ਹੀਟ ਵੇਵ ਸਪੈਲ ਸਾਰੇ ਰੀਜਨ ਦੇ ਵਿੱਚ ਹੀ ਬਣਿਆ ਹੋਇਆ ਔਰ ਡੇ ਟਾਈਮ ਟੈਂਪਰੇਚਰ ਕੰਟੀਨਿਊਸਲੀ ਜਿਹੜਾ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ। ਇਸੇ ਤਰ੍ਹਾਂ ਕੱਲ ਦਾ ਮੈਕਸਿਮਮ ਟੈਂਪਰੇਚਰ ਵੀ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ ਦਾ ਨੋਰਮਲ ਜਿਹੜਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਸੀ। ਸੋ ਇਹ ਲਗਭਗ 5.2 ਡਿਗਰੀ ਸੈਂਟੀਗ੍ਰੇਡ ਜੋ ਨੋਰਮਲ ਤੋਂ ਉੱਪਰ ਓਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 28.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 25.4 ਡਿਗਰੀ ਸੈਂਟੀਗ੍ਰੇਡ ਸੀ। ਸੋ ਇਹ ਵੀ ਲਗਭਗ 2.8 ਡਿਗਰੀ ਸੈਂਟੀਗ੍ਰੇਡ ਜੋ ਨੋਰਮਲ ਤੋਂ ਨੀਚੇ ਸੋਰੀ ਉੱਪਰ ਰਿਕਾਰਡ ਕੀਤਾ ਗਿਆ। ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਜਿਹੜਾ ਤਾਪਮਾਨ ਨੋਰਮਲ ਤੋਂ ਉੱਪਰ ਚੱਲ ਰਹੇ ਨੇ ਔਰ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ। ਆਉਣ ਵਾਲੇ 3-4 ਦਿਨ ਵੀ ਜਿਹੜਾ ਇਸੇ ਤਰ੍ਹਾਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ IMD ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ। ਜੀ ਕੱਲ੍ਹ ਦਾ ਜੋ ਡੇ ਟਾਈਮ ਟੈਂਪਰੇਚਰ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਇਹ 1970 ਤੋਂ ਲੈ ਕੇ ਹੁਣ ਤੱਕ ਦਾ 13 ਜੂਨ ਦਾ ਸੈਕਿੰਡ ਹਾਈਐਸਟ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਹਦੇ ਤੋਂ ਪਹਿਲਾਂ 1972 ਦੇ ਵਿੱਚ 44.8 ਡਿਗਰੀ ਸੈਂਟੀਗ੍ਰੇਡ ਜਿਹੜਾ ਰਿਕਾਰਡ ਕੀਤਾ ਗਿਆ ਸੀ ਔਰ ਫਿਰ 1988 ਦੇ ਵਿੱਚ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਔਰ ਕੱਲ੍ਹ ਫਿਰ ਜਿਹੜਾ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜੀ ਫਾਰਮਰਸ ਨੂੰ ਅਸੀਂ ਇਹੀ ਫਿਲਹਾਲ ਦੱਸ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਹਲੇ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ। 19 ਤਰੀਕ ਦੇ ਆਸ ਪਾਸ ਜ਼ਰੂਰ ਥੋੜ੍ਹੇ ਜਿਹੇ ਸ਼ੋਵਰਸ ਹੋ ਸਕਦੇ ਨੇ ਬਟ ਉਦੋਂ ਤੱਕ ਹੀਟ ਵੇਵ ਕੰਡੀਸ਼ਨਸ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ। ਸੋ ਉਹਨਾਂ ਨੂੰ ਆਪਣੇ ਵਰਕਿੰਗ ਆਵਰਸ ਜਿਹੜੇ ਥੋੜ੍ਹੇ ਜਿਹੇ ਕੰਮ ਦੇ ਐਡਜਸਟ ਕਰਨੇ ਚਾਹੀਦੇ ਨੇ। 11 ਤੋਂ 4 ਵਜੇ ਦੇ ਵਿੱਚ ਉਹਨਾਂ ਨੂੰ ਜਿਹੜਾ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਜਾਂ 11 ਤੋਂ ਪਹਿਲਾਂ ਖੇਤਾਂ ਦੇ ਵਿੱਚ ਕੰਮ ਕਰ ਲੈਣਾ ਚਾਹੀਦਾ ਜਾਂ 4 ਤੋਂ ਬਾਅਦ ਕਰਨਾ ਚਾਹੀਦਾ ਔਰ ਜਦੋਂ ਵੀ ਬਾਹਰ ਨਿਕਲੋ ਤਾਂ ਆਪਣਾ ਸਿਰ ਔਰ ਬਾਕੀ ਸਾਰੇ ਬੋਡੀ ਪਾਰਟਸ ਕਵਰਡ ਰੱਖੋ ਔਰ ਹੈਲਦੀ ਡਾਇਟ ਲਓ, ਵੱਧ ਤੋਂ ਵੱਧ ਲਿਕੁਇਡਸ ਲਓ ਤਾਂ ਕਿ ਹੀਟ ਵੇਵ ਦਾ ਕੋਈ ਸਿਹਤ 'ਤੇ ਨੁਕਸਾਨ ਨਾ ਹੋ ਸਕੇ। ਮੈਮ ਮੌਨਸੂਨ ਨੂੰ ਲੈ ਕੇ ਕੀ ਸੰਭਾਵਨਾ ਨੇ ਕਿ ਮੌਨਸੂਨ ਵੀ ਆਉਣ ਵਾਲੇ ਦਿਨਾਂ ਦੇ ਵਿੱਚ? ਜੀ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਨੋਰਮਲ ਤੋਂ ਥੋੜ੍ਹੀ ਐਡਵਾਂਸ ਚੱਲ ਰਹੀ ਹੈਗੀ ਆ ਔਰ ਪੰਜਾਬ ਦੇ ਵਿੱਚ ਜੋ ਨੋਰਮਲ ਟਾਈਮ ਮੌਨਸੂਨ ਦਾ ਹੈ ਉਹ 1 ਜੁਲਾਈ ਹੈ। ਸੋ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਕਿ 1 ਜੁਲਾਈ ਦੇ ਆਸ ਪਾਸ ਜਾਂ ਉਹਦੇ ਤੋਂ 1-2 ਦਿਨ ਪਹਿਲਾਂ ਜਿਹੜੀ ਮੌਨਸੂਨ ਪੰਜਾਬ ਵਿੱਚ ਆ ਸਕਦੀ ਹੈ। ਮੈਮ ਲੋਕਾਂ ਨੂੰ ਕੀ ਸਲਾਹ ਵੀ ਲੋਕ ਵੀ ਗਰਮੀ ਦੇ? ਜੀ ਆਮ ਲੋਕਾਂ ਨੂੰ ਵੀ ਅਸੀਂ ਇਹੀ ਸਲਾਹ ਦਿੰਦੇ ਹਾਂ ਕਿ 11 ਤੋਂ 4 ਵਜੇ ਦੇ ਵਿੱਚ ਜਿਹੜੀਆਂ ਬੜੀਆਂ ਇੰਟੈਂਸ ਹੀਟ ਵੇਵ ਕੰਡੀਸ਼ਨਸ ਹੁੰਦੀਆਂ ਨੇ ਸੋ ਉਹਦੇ ਵਿੱਚ ਸਾਰਿਆਂ ਨੂੰ ਜਿਹੜਾ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ, ਜਿੰਨਾ ਪੋਸੀਬਲ ਹੋ ਸਕੇ ਤੁਸੀਂ ਇਨਡੋਰ ਹੀ ਰਹੋ, ਘਰਾਂ ਤੋਂ ਬਾਹਰ ਨਾ ਨਿਕਲੋ, ਬਹੁਤ ਜ਼ਰੂਰੀ ਹੈ ਤਾਂ ਹੀ ਜਾਓ ਔਰ ਜਦੋਂ ਵੀ ਬਾਹਰ ਜਾਂਦੇ ਹੋ ਆਪਣਾ ਸਿਰ ਔਰ ਬਾਕੀ ਬੋਡੀ ਪਾਰਟਸ ਕਵਰਡ ਰੱਖੋ ਔਰ ਹੈਲਦੀ ਡਾਇਟ ਲਓ, ਨਿਊਟ੍ਰੀਸ਼ੀਅਸ ਡਾਇਟ ਲਓ ਔਰ ਵੱਧ ਤੋਂ ਵੱਧ ਲਿਕੁਇਡ ਲਓ, ਬੋਡੀ ਨੂੰ ਹਾਈਡਰੇਟਡ ਰੱਖੋ ਤਾਂ ਕਿ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹਨਾਂ ਦਾ ਸਿਹਤ 'ਤੇ ਕੋਈ ਨੁਕਸਾਨ ਨਾ ਹੋਵੇ। ਜੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਇੱਕ ਵਾਰੀ ਫਿਰ ਜਿਹੜਾ ਹੀਟ ਵੇਵ ਸਪੈਲ ਸਾਰੇ ਰੀਜਨ ਦੇ ਵਿੱਚ ਹੀ ਬਣਿਆ ਹੋਇਆ ਔਰ ਡੇ ਟਾਈਮ ਟੈਂਪਰੇਚਰ ਕੰਟੀਨਿਊਸਲੀ ਜਿਹੜਾ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ। ਇਸੇ ਤਰ੍ਹਾਂ ਕੱਲ੍ਹ ਦਾ ਮੈਕਸੀਮਮ ਟੈਂਪਰੇਚਰ ਵੀ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਜਿਹੜਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਸੀ। ਸੋ ਇਹ ਲਗਭਗ 5.2 ਡਿਗਰੀ ਸੈਂਟੀਗ੍ਰੇਡ ਜੋ ਨੋਰਮਲ ਤੋਂ ਉੱਪਰ ਓਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 28.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 25.4 ਡਿਗਰੀ ਸੈਂਟੀਗ੍ਰੇਡ ਸੀ। ਸੋ ਇਹ ਵੀ ਲਗਭਗ 2.8 ਡਿਗਰੀ ਸੈਂਟੀਗ੍ਰੇਡ ਜੋ ਨੋਰਮਲ ਤੋਂ ਨੀਚੇ ਸੋਰੀ ਉੱਪਰ ਰਿਕਾਰਡ ਕੀਤਾ ਗਿਆ। ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਜਿਹੜਾ ਤਾਪਮਾਨ ਨੋਰਮਲ ਤੋਂ ਉੱਪਰ ਚੱਲ ਰਹੇ ਨੇ ਔਰ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ। ਆਉਣ ਵਾਲੇ 3-4 ਦਿਨ ਵੀ ਜਿਹੜਾ ਇਸੇ ਤਰ੍ਹਾਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ IMD ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ। ਜੀ ਕੱਲ੍ਹ ਦਾ ਜੋ ਡੇ ਟਾਈਮ ਟੈਂਪਰੇਚਰ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਇਹ 1970 ਤੋਂ ਲੈ ਕੇ ਹੁਣ ਤੱਕ ਦਾ 13 ਜੂਨ ਦਾ ਸੈਕਿੰਡ ਹਾਈਐਸਟ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਹਦੇ ਤੋਂ ਪਹਿਲਾਂ 1972 ਦੇ ਵਿੱਚ 43.8 ਡਿਗਰੀ ਸੈਂਟੀਗ੍ਰੇਡ ਜਿਹੜਾ ਰਿਕਾਰਡ ਕੀਤਾ ਗਿਆ ਸੀ ਔਰ ਫਿਰ 1988 ਦੇ ਵਿੱਚ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਔਰ ਕੱਲ੍ਹ ਫਿਰ ਜਿਹੜਾ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜੀ ਫਾਰਮਰਸ ਨੂੰ ਅਸੀਂ ਇਹੀ ਫਿਲਹਾਲ ਦੱਸ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਹਲੇ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ। 19 ਤਰੀਕ ਦੇ ਆਸ ਪਾਸ ਜ਼ਰੂਰ ਥੋੜ੍ਹੇ ਜਿਹੇ ਸ਼ੋਵਰਸ ਹੋ ਸਕਦੇ ਨੇ ਬਟ ਉਦੋਂ ਤੱਕ ਹੀਟ ਵੇਵ ਕੰਡੀਸ਼ਨਸ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ। ਸੋ ਉਹਨਾਂ ਨੂੰ ਆਪਣੇ ਵਰਕਿੰਗ ਆਵਰਸ ਜਿਹੜੇ ਥੋੜ੍ਹੇ ਜਿਹੇ ਕੰਮ ਦੇ ਐਡਜਸਟ ਕਰਨੇ ਚਾਹੀਦੇ ਨੇ।
11 ਤੋਂ 4 ਵਜੇ ਦੇ ਵਿੱਚ ਉਹਨਾਂ ਨੂੰ ਜਿਹੜਾ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਜਾਂ 11 ਤੋਂ ਪਹਿਲਾਂ ਖੇਤਾਂ ਦੇ ਵਿੱਚ ਕੰਮ ਕਰ ਲੈਣਾ ਚਾਹੀਦਾ ਜਾਂ 4 ਤੋਂ ਬਾਅਦ ਕਰਨਾ ਚਾਹੀਦਾ। ਔਰ ਜਦੋਂ ਵੀ ਬਾਹਰ ਨਿਕਲੋ ਤਾਂ ਆਪਣਾ ਸਿਰ ਔਰ ਬਾਕੀ ਸਾਰੇ ਬਾਡੀ ਪਾਰਟਸ ਕਵਰਡ ਰੱਖੋ ਔਰ ਹੈਲਦੀ ਡਾਇਟ ਲਓ, ਵੱਧ ਤੋਂ ਵੱਧ ਲਿਕੁਇਡਸ ਲਓ ਤਾਂ ਕਿ ਹੀਟ ਵੇਵ ਦਾ ਕੋਈ ਸਿਹਤ 'ਤੇ ਨੁਕਸਾਨ ਨਾ ਹੋ ਸਕੇ। ਮੈਮ ਮੌਨਸੂਨ ਨੂੰ ਲੈ ਕੇ ਕੀ ਸੰਭਾਵਨਾ ਨੇ ਕਿ ਮੌਨਸੂਨ ਦੀਆਂ ਹਾਲਤਾਂ ਦੇ? ਜੀ, ਮੌਨਸੂਨ ਦੀ ਜਿਹੜੀ ਪ੍ਰੋਗਰੈਸ ਨੋਰਮਲ ਤੋਂ ਥੋੜ੍ਹੀ ਐਡਵਾਂਸ ਚੱਲ ਰਹੀ ਹੈਗੀ ਆ ਔਰ ਪੰਜਾਬ ਦੇ ਵਿੱਚ ਜੋ ਨੋਰਮਲ ਟਾਈਮ ਮੌਨਸੂਨ ਦਾ ਹੈ ਉਹ 1 ਜੁਲਾਈ ਹੈ। ਸੋ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਕਿ 1 ਜੁਲਾਈ ਦੇ ਆਸ ਪਾਸ ਜਾਂ ਉਹਦੇ ਤੋਂ 1-2 ਦਿਨ ਪਹਿਲਾਂ ਜਿਹੜੀ ਮੌਨਸੂਨ ਪੰਜਾਬ ਵਿੱਚ ਆ ਸਕਦੀ ਹੈ। ਮੈਮ ਲੋਕਾਂ ਨੂੰ ਕੀ ਸਲਾਹ ਕਿ ਲੋਕ ਵੀ ਗਰਮੀ ਦੇ? ਜੀ, ਆਮ ਲੋਕਾਂ ਨੂੰ ਵੀ ਅਸੀਂ ਇਹੀ ਸਲਾਹ ਦਿੰਦੇ ਹਾਂ ਕਿ 11 ਤੋਂ 4 ਵਜੇ ਦੇ ਵਿੱਚ ਜਿਹੜੀਆਂ ਬੜੀਆਂ ਇੰਟੈਂਸ ਹੀਟ ਵੇਵ ਕੰਡੀਸ਼ਨਸ ਹੁੰਦੀਆਂ ਨੇ, ਸੋ ਉਹਦੇ ਵਿੱਚ ਸਾਰਿਆਂ ਨੂੰ ਜਿਹੜਾ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ। ਜਿੰਨਾ ਪੋਸੀਬਲ ਹੋ ਸਕੇ ਤੁਸੀਂ ਇਨਡੋਰ ਹੀ ਰਹੋ, ਘਰਾਂ ਤੋਂ ਬਾਹਰ ਨਾ ਨਿਕਲੋ, ਬਹੁਤ ਜ਼ਰੂਰੀ ਹੈ ਤਾਂ ਹੀ ਜਾਓ। ਔਰ ਜਦੋਂ ਵੀ ਬਾਹਰ ਜਾਂਦੇ ਹੋ ਆਪਣਾ ਸਿਰ ਔਰ ਬਾਕੀ ਬਾਡੀ ਪਾਰਟਸ ਕਵਰਡ ਰੱਖੋ ਔਰ ਹੈਲਦੀ ਡਾਇਟ ਲਓ, ਨਿਊਟ੍ਰੀਸ਼ੀਅਸ ਡਾਇਟ ਲਓ ਔਰ ਵੱਧ ਤੋਂ ਵੱਧ ਲਿਕੁਇਡ ਲਓ, ਬਾਡੀ ਨੂੰ ਹਾਈਡਰੇਟਡ ਰੱਖੋ ਤਾਂ ਕਿ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹਨਾਂ ਦਾ ਸਿਹਤ 'ਤੇ ਕੋਈ ਨੁਕਸਾਨ ਨਾ ਹੋਵੇ।